ਵਿਜ਼ਿਟ ਤਾਂ ਮੈਂ ਇੱਕ ਦਫਾ ਫਿਰ ਕਰਾਂਗਾ, ਹਾਲੇ ਕੁਝ ਕੰਮਾਂ ਨੂੰ ਦੇਖਣਾ ਹੈਗਾ। ਅੱਜ ਤਾਂ ਮੈਂ ਵਾਪਸ ਚੰਡੀਗੜ੍ਹ ਜਾ ਰਿਹਾ ਸੀਗਾ ਅਤੇ ਰਸਤੇ 'ਚ ਸਾਰੇ ਐੱਮ ਐੱਲ ਏ ਸਾਹਿਬਾਨ ਸਾਰਿਆਂ ਦੀ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ, ਮੁਲਾਕਾਤ ਕਰਨਾ ਚਾਹੁੰਦਾ ਸੀ। ਔਰ ਬੜਾ ਅੱਛਾ ਲੱਗ ਰਿਹਾ ਹੈ, ਲੋਕਾਂ ਨੇ ਵੈਲਕਮ ਕੀਤਾ। ਔਰ ਜਿਹੜੀਆਂ ਜ਼ਿੰਮੇਵਾਰੀਆਂ ਕੈਪਟਨ ਸਾਹਿਬ ਨੇ ਜਾਂ ਰਾਹੁਲ ਜੀ ਨੇ ਦਿੱਤੀਆਂ ਨੇ ਮੰਤਰੀ ਮੰਡਲ 'ਚ ਸ਼ਾਮਿਲ ਕਰਕੇ, ਉਹਨਾਂ 'ਤੇ ਅਸੀਂ ਪੂਰੇ ਨਿਥਰਾਂਗੇ। ਔਰ ਸਪੋਰਟਸ ਨੂੰ ਪੰਜਾਬ ਨੂੰ ਖੇਡ ਦੇ ਮੈਦਾਨ ਦੇ ਵਿੱਚ ਅਵਲ ਦਰਜੇ 'ਤੇ ਲੈ ਕੇ ਆਵਾਂਗੇ। ਜਿਸ ਤਰ੍ਹਾਂ ਕਿ ਅੱਜ ਸਾਡੇ ਨਾਲ ਇਹ ਹਾਲਾਤ ਨੇ ਕਿ ਸਾਡੇ ਕਾਮਨਵੈਲਥ 'ਚ ਸਿਰਫ 6 ਮੈਡਲ ਆਏ ਨੇ, ਲੇਕਿਨ ਆਉਣ ਵਾਲੇ ਸਮੇਂ 'ਚ ਜਿਹੜੀਆਂ ਅੱਗੇ ਗੇਮਸ ਆਉਣੀਆਂ ਨੇ, ਏਸ਼ੀਅਨ ਗੇਮ ਜਾਂ ਓਲੰਪਿਕਸ, ਉਹਦੇ 'ਚ ਪੰਜਾਬ ਦੀ ਪਰਫੋਰਮੈਂਸ ਇੱਕ ਬੜੀ ਡਿਫਰੈਂਟ ਪਰਫੋਰਮੈਂਸ ਹੋਈ। ਹਰਿਆਣਾ 'ਚ 22 ਆਏ ਆ ਜੀ। ਮੈਂ ਇਹੀ ਗੱਲ ਕਹਿ ਰਿਹਾ ਹਾਂਗੇ, ਕਿਉਂਕਿ ਸਾਡੀ ਪੋਲਿਸੀ ਨਹੀਂ ਰਿਵਿਊ ਹੋਈਗੀ। ਸਾਡੇ ਪ੍ਰੀਵੀਅਸ ਗਵਰਨਮੈਂਟ ਜਿਹੜੀ ਸੀਗੀ ਉਹਨੇ ਇਹਦੇ 'ਤੇ ਕੋਈ ਧਿਆਨ ਨਹੀਂ ਦਿੱਤਾ ਗਾ। ਦੇਖੋ, ਸਪੋਰਟਸ ਇੱਕ ਕੋਈ ਜਾਦੂ ਦੀ ਗੱਲ ਨਹੀਂ ਹੈਗੀ ਵੀ ਸਵੇਰੇ ਅੱਜ ਬੰਦਾ ਇੱਕ ਵਾਰੀ ਪਰਫੋਰਮੈਂਸ ਕਰ ਲਈ ਹੈ ਅਤੇ ਉਹ ਅਗਲੀ ਦਫਾ ਫਿਰ ਇਹਨੂੰ ਰਿਪੀਟ ਕਰਨਾ ਪੈਂਦਾ, ਕਿਉਂਕਿ ਦੀ ਵਰਲਡ ਇਜ਼ ਵੈਰੀ ਕੰਪੀਟੀਟਿਵ ਸਪੋਰਟ ਵਰਲਡ ਜਿਹੜਾ ਹੈਗਾ। ਸੋ ਇਸ ਕਰਕੇ ਸਾਨੂੰ ਇਹ ਦੇਖਣਾ ਪਏਗਾ, ਸਪੋਰਟਸ ਪੋਲਿਸੀ ਰਿਵਿਊ ਕਰ ਰਹੇ ਹਾਂ, ਕੋਚਿਸ ਨੂੰ ਰਿਵਿਊ ਕਰ ਰਹੇ ਹਾਂ, ਕਿੱਥੇ ਸਾਡੀਆਂ ਕਮੀਆਂ ਰਹਿ ਗਈਆਂ ਨੇ, ਬੱਚਿਆਂ ਦੀ ਡਾਇਟ, ਉਹਨਾਂ ਨੂੰ ਮਾਇੰਡ ਨੂੰ ਫੋਕਸ, ਉਹਨਾਂ ਦੀ ਜਿਹੜੀ ਸਾਈਕੋਲੋਜੀਕਲੀ ਉਹਨਾਂ ਨੂੰ ਬਿਲਡਅਪ ਕਰਨਾ, ਦੈਟ ਇਜ਼ ਵੈਰੀ ਇੰਪੋਰਟੈਂਟ। ਸਰ, ਸ਼ਾਹਕੋਟ ਦੇ ਚੋਣਾਂ ਆ ਰਹੇ ਨੇ, ਜਿਮਨੀ ਚੋਣਾਂ ਆ ਰਹੀਆਂ ਹੈਗੀਆਂ, ਕੁਛ ਇੱਕ ਵੀਡੀਓ ਵੀ ਵਾਇਰਲ ਹੋ ਗਈ ਉੱਥੋਂ ਦੀ, ਕੀ ਕਹੋਗੇ? ਦੇਖੋ, ਇਹ ਜਿਹੀਆਂ ਵੀਡੀਓ ਵਾਇਰਲ ਜਿਹੜੀਆਂ ਨੇ, ਇਹ ਤਾਂ ਤੁਹਾਨੂੰ ਪਤਾ ਇਲੈਕਸ਼ਨਾਂ ਦੇ ਦਰਮਿਆਨ ਜਾਂ ਜਦੋਂ ਕੋਈ ਇੰਪੋਰਟੈਂਟ ਈਵੈਂਟ ਹੋਣਾ ਹੁੰਦਾ ਕੁਛ ਹੁੰਦੀਆਂ ਹੀ ਨੇ, ਲੇਕਿਨ ਹਾਈ ਕਮਾਂਡ ਬੈਠੀ ਉੱਥੇ ਡਿਸੀਜਨ ਲੈਣ ਵਾਸਤੇ, ਦਿਸ ਇਜ਼ ਦੇਅਰ ਜੋਬ। ਸਰ, ਇੱਕ ਪਲੱਸ 2 ਦੇ ਵਿੱਚੋਂ ਵੀ ਧਾਰਮਿਕ ਸਿੱਖਿਆ ਜਿਹੜੀ ਉਹ ਪਾਸੇ ਕਰ ਦਿੱਤੀ ਗਈ ਹੈ ਜੀ? ਕਿਸ ਤਰ੍ਹਾਂ ਜੀ? 12ਵੀਂ ਦੀ ਜਮਾਤ ਦੇ ਵਿੱਚੋਂ ਜਿਹੜੀ ਧਾਰਮਿਕ ਸਿੱਖਿਆ ਪਾਸੇ ਕਰ ਦਿੱਤੀ ਗਈ? ਨਹੀਂ, ਉਹ ਕੈਪਟਨ ਸਾਹਿਬ ਦਾ ਬਿਆਨ ਆ ਗਿਆ ਕਿ ਕੋਈ ਐਸੀ ਗੱਲ ਨਹੀਂ ਹੈਗੀ ਕਿ ਧਾਰਮਿਕ, ਕਿਉਂ ਅਸੀਂ ਸਿੱਖਿਆ ਬੰਦ ਕਰਨੀ ਹੈ? ਜਿਹੜੇ ਆਪਣਾ ਪੰਜਾਬ ਹੈ, ਜਿਹੜੀ ਪੰਜਾਬੀਅਤ ਹੈ, ਜਿਹੜੀ ਪੰਜਾਬ ਦੀ ਹਿਸਟਰੀ ਹੈ, ਚਾਹੇ ਉਹ ਸਾਡੀ ਰਿਲੀਜਨ ਦੇ ਨਾਲ ਧਰਮ ਨਾਲ ਜੁੜੀ ਹੋਈ ਹੈ, ਚਾਹੇ ਸਾਡੇ ਉਹ ਹੀਰੋਜ਼ ਦੇ ਨਾਲ ਜਿਹੜੇ ਜਿਨ੍ਹਾਂ ਨੇ ਸਾਨੂੰ ਆਜ਼ਾਦ ਕਰਾਇਆ ਉਹਨਾਂ ਨਾਲ ਜੁੜੀ ਹੋਈ ਹੈ, ਉਹ ਤਾਂ ਹਮੇਸ਼ਾ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੇ ਜਾਗਦੇ ਰਹਿਣਾ, ਉਹਨਾਂ ਨੇ ਲੋਕਾਂ ਨੂੰ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹਨਾਂ 'ਚ ਹਮੇਸ਼ਾ ਉਹਨਾਂ 'ਤੇ ਯਾਦ ਰਹਿਣੀ। ਸਰ, ਇੱਕ ਸ਼ਿਕਸ਼ਾ ਦੀ ਗੱਲ ਚੱਲੀ ਹੈ ਅਤੇ ਐਸੀ ਸਟੂਡੈਂਟ ਨੂੰ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਬੈਨੀਫਿਟਸ ਨਹੀਂ ਮਿਲ ਰਹੇ, ਕਿਸੇ ਨੂੰ ਆਪਣਾ ਉਹ ਨਹੀਂ ਮਿਲ ਰਿਹਾ, ਵਜ਼ੀਫਾ ਨਹੀਂ ਮਿਲ ਰਿਹਾ ਜੀ, ਕਾਫੀ ਕਾਲਜਾਂ ਦੇ ਵਿੱਚ ਹੈਗੇ ਨੇ, ਤੁਹਾਡੇ ਏਰੀਏ ਦੇ ਵਿੱਚ ਵੀ ਕਾਲਜ ਹੈਗੇ ਨੇ? ਤਾਂ ਹੈਗੀਆਂ ਨੇ, ਇਹਦੇ 'ਤੇ ਮੈਂ ਚਰਚਾ ਕਰਾਂਗਾ, ਕੈਪਟਨ ਸਾਹਿਬ ਨੂੰ ਵੀ ਦੱਸਾਂਗਾ, ਔਰ ਜਿਹੜੇ ਸਾਡੇ ਮਿਨਿਸਟਰ ਕੰਸਰਨ ਨੇ ਉਹਨਾਂ ਨਾਲ ਵੀ ਗੱਲ ਕਰਾਂਗਾ। ਵਿਜੇ ਕੁਮਾਰ ਹੈਗਾ, ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦਾ ਤਾਂ